ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ, ਗੁਰਦੇਵ ਸਖਾ, ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ, ਗੁਰਦੇਵ ਸਖਾ, ਅਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਹਉ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰੱਖਾਂ ਸੰਭਾਲ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ
ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪ੍ਰੇਮ ਦੇ ਨਾਲ ਬਾਲਾ ਪ੍ਰੀਤਮ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਿਨ੍ਹਾਂ ਦੇ ਚਰਨਾਂ ਦੇ ਵਿੱਚ ਸੱਜ ਕੇ, ਤਿਨ੍ਹਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਰਾਮਕਲੀ ਦੀ ਵਾਰ ਦੇ ਦੂਸਰੇ ਪਾਵਨ ਪਵਿੱਤਰ ਸ਼ਬਦ ਦੀ ਕਥਾ ਸਰਵਣ ਕਰੀਏ। ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰਾ ਸ਼ਬਦ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ। ਦੋ ਸ਼ਬਦ ਨੇ ਅਤੇ ਤੀਸਰੀ ਪੌੜੀ ਹੈ। ਪਹਿਲੇ ਸ਼ਬਦ ਦੇ ਅੰਦਰ ਪਰਮਾਤਮਾ ਅੱਗੇ ਬੇਨਤੀ ਹੈ ਕਿ ਮੈਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋਵੇ, ਪੂਰਾ ਸਤਿਗੁਰੂ ਮੇਰੇ 'ਤੇ ਕਿਰਪਾ ਕਰੇ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੇ। ਦੂਸਰੇ ਸ਼ਬਦ ਦਾ ਸਮੁੱਚਾ ਭਾਵ ਇਹ ਹੈ, ਪਹਿਲੇ ਸ਼ਬਦ ਦੇ ਵਿੱਚ ਪਰਮਾਤਮਾ ਅੱਗੇ ਬੇਨਤੀ ਹੈ ਕਿ ਮੈਨੂੰ ਸਤਿਗੁਰੂ ਮਿਲੇ। ਦੂਸਰੇ ਸ਼ਬਦ ਦੇ ਵਿੱਚ ਪਰਮਾਤਮਾ ਅੱਗੇ ਬੇਨਤੀ ਨਹੀਂ, ਹੁਣ ਸਤਿਗੁਰੂ ਅੱਗੇ ਬੇਨਤੀ ਹੈ ਕਿ ਮੈਨੂੰ ਪਰਮਾਤਮਾ ਮਿਲੇ। ਪਰਮਾਤਮਾ ਕਿਰਪਾ ਕਰੇਗਾ ਅਤੇ ਗੁਰੂ ਮਿਲੇਗਾ, ਅਤੇ ਗੁਰੂ ਕਿਰਪਾ ਕਰੇਗਾ ਤਰਸ ਕਰੇਗਾ ਅਤੇ ਪਰਮਾਤਮਾ ਮਿਲੇਗਾ। ਇਹਨਾਂ ਦੋਵਾਂ ਦੀ ਆਪਸ ਵਿੱਚ ਸਾਂਝ ਹੈ। ਜੇ ਕੋਈ ਕਵੇ ਕਿ ਬਿਨਾਂ ਗੁਰੂ ਧਾਰਨ ਕੀਤੇ ਮੈਂ ਪਰਮਾਤਮਾ ਨੂੰ ਮਿਲ ਪਵਾਂ, ਤਾਂ ਮਹਾਰਾਜ ਕਹਿੰਦੇ ਇਹ ਸਾਡਾ ਕਾਨੂੰਨ ਨਹੀਂ। ਰੱਬ ਨੇ ਸੰਸਾਰ ਦਾ ਇੱਕ ਕਾਨੂੰਨ ਬੰਨਿਆ ਹੈ, ਇੱਕ ਮਰਿਆਦਾ ਬੰਨ੍ਹੀ ਹੈ ਕਿ ਜਿੰਨਾ ਚਿਰ ਤੁਸੀਂ ਪੂਰੇ ਗੁਰੂ ਨੂੰ ਧਾਰਨ ਨਹੀਂ ਕਰਦੇ ਉਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਦੇਖੋ ਕਿੱਡੇ ਕਮਾਲ ਦੇ ਸ਼ਬਦ ਆ। ਪਹਿਲੇ ਸ਼ਬਦ ਵਿੱਚ ਬੇਨਤੀ ਆ ਰੱਬ ਅੱਗੇ ਵੀ ਮੈਨੂੰ ਗੁਰੂ ਮਿਲਾ, ਅਤੇ ਦੂਸਰੇ ਸ਼ਬਦ 'ਚ ਬੇਨਤੀ ਆ ਗੁਰੂ ਅੱਗੇ ਕਿ ਮੈਨੂੰ ਪਰਮਾਤਮਾ ਮਿਲਾ, ਅਤੇ ਤੀਸਰੀ ਪੌੜੀ ਦਾ ਸਮੁੱਚਾ ਭਾਵ ਇਹ ਹੈ ਕਿ ਚਿੰਤਾ ਨਾ ਕਰ, ਫਿਕਰ ਨਾ ਕਰ, ਪਰਮਾਤਮਾ ਦਾਤਾ ਹੈ, ਉਹ ਸਾਰੀ ਦੁਨੀਆ ਨੂੰ ਦਾਤਾਂ ਦਿੰਦਾ ਹੈ ਅਤੇ ਦੁਨੀਆ ਦੇ ਜੀਵਾਂ ਨੂੰ ਆਪਣੇ ਬੱਚਿਆਂ ਦੀ ਨਿਆਈ ਪਾਲਦਾ ਹੈ। ਆਓ ਇਸ ਸ਼ਬਦ ਦੀ ਵਿਚਾਰ ਆਰੰਭ ਕਰੀਏ। ਮਨ ਚਿਤ ਬਿਰਤੀ ਇਕਾਗਰ ਕਰਕੇ ਸੁਣਨ ਦਾ ਯਤਨ ਕਰੋ। ਸੁਣ ਸੱਜਣ ਪ੍ਰੀਤਮ ਮੇਰਿਆ,
ਮੈਂ ਸਤਿਗੁਰ ਦੇਹੋ ਦਿਖਾਲ ਹਉ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ। ਮੇਰੇ ਪਿਆਰੇ ਵਾਹਿਗੁਰੂ ਜੀਓ, ਇਹ ਮੇਰੇ ਪਿਆਰੇ ਸੱਜਣ ਪ੍ਰਭੂ ਪਰਮੇਸ਼ਰ ਜੀ, ਮੇਰੀ ਬੇਨਤੀ ਸੁਣ, ਮੇਰੀ ਅਰਦਾਸ ਸੁਣ, ਮੈਨੂੰ ਪੂਰੇ ਗੁਰੂ ਦਾ ਦੀਦਾਰ ਕਰਾ ਦੇ, ਮੈਨੂੰ ਪੂਰੇ ਗੁਰੂ ਦਾ ਮਿਲਾਪ ਕਰਾ ਦੇ। ਅਤੇ ਅੱਗਿਓਂ ਬੜੀ ਸੋਹਣੀ ਵਿਦਵਾਨਾਂ ਨੇ ਕਲਪਨਾ ਕੀਤੀ ਹੈ ਸ਼ਬਦਾਂ ਦੇ ਭਾਵ ਮੁਤਾਬਕ। ਅੱਗਿਓਂ ਪਰਮੇਸ਼ਰ ਬੋਲਿਆ, ਵਾਹਿਗੁਰੂ ਬੋਲਿਆ ਕਿ ਪੂਰਾ ਗੁਰੂ ਇੱਦਾਂ ਤਾਂ ਨਹੀਂ ਮਿਲ ਜਾਂਦਾ, ਪੂਰੇ ਗੁਰੂ ਨੂੰ ਮਿਲਣ ਵਾਸਤੇ ਬੜਾ ਮੁੱਲ ਤਾਰਨਾ ਪੈਂਦਾ, ਪੂਰਾ ਗੁਰੂ ਬੜਾ ਮਹਿੰਗਾ ਮਿਲਦਾ ਹੈ, ਇਹ ਸੌਦਾ ਕੋਈ ਸਸਤਾ ਨਹੀਂ। ਅਤੇ ਸਾਧਕ ਨੇ ਜਵਾਬ ਦਿੱਤਾ ਪੰਜਵੇਂ ਪਾਤਸ਼ਾਹ ਦੇ ਸ਼ਬਦਾਂ 'ਚ, ਜਦੋਂ ਪਰਮਾਤਮਾ ਨੇ ਆਖਿਆ ਚੱਲ ਤੈਨੂੰ ਮੈਂ ਪੂਰੇ ਗੁਰੂ ਨੂੰ ਮਿਲਾ ਦੇਵਾਂਗਾ, ਪਰ ਦੇਵੇਂਗਾ ਕੀ, ਕਿਉਂ ਮੁਫਤ ਦੇ ਵਿੱਚ ਤਾਂ ਮਿਲਣਾ ਹੀ ਨਹੀਂ। ਤਾਂ ਮਹਾਰਾਜ ਕਹਿਣ ਲੱਗੇ, ਹਉ ਤਿਸ ਦੇਵਾਂ ਮਨ ਆਪਣਾ। ਸਾਧਕ ਕਹਿੰਦਾ ਹੈ, ਜਗਿਆਸੂ ਕਹਿੰਦਾ ਹੈ, ਮੈਂ ਆਪਣਾ ਮਨ ਦੇ ਦੇਵਾਂਗਾ, ਨਿਤ ਹਿਰਦੈ ਰੱਖਾਂ ਸੰਭਾਲ, ਅਤੇ ਉਹਨੂੰ ਸਦਾ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਾਂਗਾ। ਕਬੀਰ ਸਾਹਿਬ ਦਾ ਇੱਕ ਬੜਾ ਸੋਹਣਾ ਸ਼ਬਦ ਹੈ, ਕਿਸੇ ਹੰਕਾਰੀ ਰਾਜੇ ਨੇ ਕਿਸੇ ਅਮੀਰ ਬੰਦੇ ਨੇ ਕਬੀਰ ਸਾਹਿਬ ਨੂੰ ਆਖਿਆ, ਕਬੀਰ ਦੱਸ ਕਿੰਨੇ ਪੈਸੇ ਲੈਣੇ ਆ, ਜਿੰਨੇ ਪੈਸੇ ਲੈਣੇ ਆ ਦੱਸ, ਕਿੰਨੀ ਚਾਂਦੀ ਲੈਣੀ ਹੈ ਦੱਸ, ਕਿੰਨਾ ਸੋਨਾ ਲੈਣਾ ਹੈ ਮੈਨੂੰ ਦੱਸ, ਪਰ ਮੈਨੂੰ ਰੱਬ ਨੂੰ ਮਿਲਾ ਦੇ। ਕਬੀਰ ਸਾਹਿਬ ਕਹਿਣ ਲੱਗੇ, ਰਾਜਾ ਜੀ, ਸ਼ਾਹੂਕਾਰ ਜੀ, ਪੈਸਿਆਂ ਦੇ ਨਾਲ ਦੁਨੀਆਂ ਦੀਆਂ ਵਸਤੂਆਂ ਖਰੀਦ ਸਕਦੇ ਹੋ, ਚਲੋ ਪੈਸਿਆਂ ਦੇ ਨਾਲ ਪੂਜਾ ਪਾਠ ਕਰਵਾ ਸਕਦੇ ਹੋ, ਹਾਂ ਪੈਸਿਆਂ ਦੇ ਨਾਲ ਹੋ ਸਕਦਾ ਹੈ ਕਿ ਕੋਈ ਪਖੰਡੀ ਧਰਮ ਦਾ ਪੁਜਾਰੀ ਉਹਨੂੰ ਵੀ ਖਰੀਦ ਸਕਦੇ ਹੋ, ਪਰ ਪੈਸਿਆਂ ਦੇ ਨਾਲ ਰੱਬ ਥੋੜ੍ਹੀ ਖਰੀਦ ਸਕਦੇ। ਉੱਥੇ ਮਹਾਰਾਜ ਜੀ ਨੇ, ਕਬੀਰ ਸਾਹਿਬ ਨੇ ਗੌੜੀ ਰਾਗ ਅੰਦਰ ਇੱਕ ਬੜਾ ਸੋਹਣਾ ਸ਼ਬਦ ਉਚਾਰਨ ਕੀਤਾ ਹੈ। ਕਬੀਰ ਸਾਹਿਬ ਫਰਮਾਉਂਦੇ ਨੇ, ਕੰਚਨ ਸਿਉਂ ਪਾਈਐ ਨਹੀਂ ਤੋਲ, ਸੋਨੇ ਦੇ ਵੱਟੇ
ਪਰਮਾਤਮਾ ਨਹੀਂ ਮਿਲਦਾ, ਪੈਸਿਆਂ ਦੇ ਨਾਲ ਪਰਮਾਤਮਾ ਨਹੀਂ ਖਰੀਦਿਆ ਜਾਂਦਾ। ਅਤੇ ਪੁੱਛਿਆ ਫਿਰ ਪਰਮਾਤਮਾ ਮਿਲਦਾ ਕਿਵੇਂ ਹੈ, ਤਾਂ ਕਹਿੰਦੇ ਮਨ ਦੇ ਰਾਮ ਲੀਆ ਹੈ ਮੋਲ, ਮਨ ਸੌਂਪਣਾ ਪੈਂਦਾ, ਮਨ ਅਰਪਣ ਕਰਨਾ ਪੈਂਦਾ। ਤੁਸੀਂ ਹੈਰਾਨ ਹੋਵੋਗੇ, ਧਰਮ ਦੇ ਵਿੱਚ ਮਨ ਦੀ ਪ੍ਰਧਾਨਤਾ ਹੈ, ਤਨ ਅਤੇ ਧਨ ਇਹ ਪਿੱਛੇ ਹਨ ਮਨ ਤੋਂ। ਜਿੰਨਾ ਚਿਰ ਤੁਸੀਂ ਮਨ ਨਹੀਂ ਅਰਪਣ ਕਰਦੇ ਜਾਂ ਮਨ ਕਰਕੇ ਪਾਠ ਨਹੀਂ ਕਰਦੇ ਜਾਂ ਮਨ ਕਰਕੇ ਬਾਣੀ ਸੁਣਦੇ ਨਹੀਂ, ਧਰਮ ਦਾ ਕੋਈ ਵੀ ਕੰਮ ਹੈ ਇਹ ਮਨ 'ਤੇ ਖੜਾ ਹੈ। ਇਹਦਾ ਪੂਰਾ ਪੂਰਾ ਲਾਭ ਤਾਂ ਪ੍ਰਾਪਤ ਹੁੰਦਾ ਜੇ ਤੁਸੀਂ ਮਨ ਕਰਕੇ ਕਰੋ। ਲਾਭ ਤਾਂ ਚਲੋ ਮਿਲਣਾ ਹੀ ਮਿਲਣਾ ਹੈ, ਪਰ ਇਹ ਗੱਲ ਚੇਤੇ ਰੱਖਿਓ, ਪੂਰਾ ਪੂਰਾ ਲਾਭ। ਹਾਂ, ਮੈਂ ਇੱਦਾਂ ਦਾ ਨਾਸਤਿਕ ਵੀ ਨਹੀਂ ਹੈ ਜਿਹੜੇ ਕਹਿ ਦਿੰਦੇ ਵੀ ਬਾਣੀ ਪੜ੍ਹਦਾ ਕੀ ਫਾਇਦਾ, ਬਾਣੀ ਸੁਣਨ ਦਾ ਕੀ ਫਾਇਦਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਇੱਕ ਮੰਗਲ ਕੀਤਾ ਹੈ ਕਵੀ ਭਾਈ ਸੰਤੋਖ ਸਿੰਘ ਜੀ ਨੇ। ਉੱਥੇ ਉਹਨਾਂ ਜਵਾਬ ਦਿੱਤਾ ਕਿ ਮਨ ਜੋੜ ਕੇ ਬਾਣੀ ਪੜ੍ਹਨ ਦਾ ਕੀ ਫਲ ਹੈ, ਅਤੇ ਚਲੋ ਮਨ ਨਾ ਵੀ ਜੁੜੇ ਅਤੇ ਬਾਣੀ ਪੜ੍ਹਨ ਦਾ ਕੀ ਫਲ। ਕਹਿੰਦੇ ਜਿਹੜੀ ਉੱਦਾਂ ਬਾਣੀ ਪੜ੍ਹਨੀ ਹੈ ਇਹ ਆ ਦੁੱਧ ਪੀਣ ਦੇ ਬਰਾਬਰ, ਜਿਵੇਂ ਕੋਈ ਦੁੱਧ ਪੀਵੇ। ਇਹ ਨਾ ਸਮਝੋ ਵੀ ਬਾਣੀ ਪੜ੍ਹਨ ਦਾ ਫਲ ਹੀ ਕੋਈ ਨਹੀਂ, ਪਰ ਜਿਹੜੀ ਪ੍ਰੇਮ ਕਰਕੇ ਪੜ੍ਹਨੀ ਹੈ, ਮਨ ਜੋੜ ਕੇ ਪੜ੍ਹਨੀ ਹੈ, ਇਹ ਕਹਿੰਦੇ ਦੁੱਧ ਨੂੰ ਜਮਾਉਣਾ ਦਹੀਂ ਨੂੰ ਜਮਾਉਣ ਦੇ ਬਰਾਬਰ ਹੈ। ਅਤੇ ਜਦੋਂ ਮਨ ਟਿਕ ਜਾਵੇ, ਦਹੀਂ ਜੰਮ ਗਿਆ, ਅਤੇ ਫਿਰ ਸਾਧਨਾ ਕਰਕੇ ਵਿੱਚੋਂ ਜਿਹੜਾ ਮੱਖਣ ਕੱਢਣਾ ਹੈ, ਇਹ ਕਹਿੰਦੇ ਟਿਕੇ ਹੋਏ ਮਨ ਦੇ ਵਿੱਚੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਬਰਾਬਰ ਹੈ। ਤਾਂ ਮਨ ਦੀ ਧਰਮ ਦੇ ਵਿੱਚ ਬੜੀ ਵੱਡੀ ਮਹਾਨਤਾ ਹੈ। ਦੋ ਚੀਜ਼ਾਂ ਮੰਨੀਆਂ ਨੇ ਸੰਸਾਰ ਦੇ ਧਰਮਾਂ ਦੇ ਵਿੱਚ, ਇੱਕ ਪਾਪ ਅਤੇ ਇੱਕ ਪੁੰਨ। ਇਸ ਪਾਪ ਅਤੇ ਪੁੰਨ ਭਾਵ ਚੰਗੇ ਕੰਮ ਅਤੇ ਮਾੜੇ ਕੰਮ, ਇੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਵੀ ਮੋਹਰ ਲਾਈ ਹੈ। ਕਈ ਲੋਕ ਕਹਿ ਦਿੰਦੇ ਕਿ ਪਾਪ ਅਤੇ ਪੁੰਨ ਹੁੰਦਾ ਹੀ ਨਹੀਂ ਹੈ, ਤਾਂ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ। ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ। ਇਹਦਾ ਮੋਟਾ ਜਿਹਾ ਅਰਥ ਕੀਤਾ ਵਿਦਵਾਨਾਂ ਨੇ ਵੀ ਪੁੰਨੀ ਅਤੇ ਪਾਪੀ ਕਹਿੰਦੇ ਆ ਵੀ ਨਹੀਂ ਹੈ ਕੁਝ,
ਪਰ ਕਹਿੰਦੇ ਇਹ ਗੱਲ ਨਹੀਂ, ਜਿਹੋ ਜੇ ਤੁਸੀਂ ਕੰਮ ਕਰੋਗੇ ਉਹੋ ਜੇ ਤੁਹਾਡੇ ਨਾਲ ਜਾਣਗੇ, ਭਾਵੇਂ ਮਾੜੇ ਕਰੋ ਭਾਵੇਂ ਚੰਗੇ ਕਰੋ। ਅੱਛਾ, ਪੁੰਨ ਤੇ ਪਾਪ ਇਹ ਵੀ ਤਾਂ ਲੱਗਦਾ ਜੇ ਵਿੱਚ ਮਨ ਸ਼ਾਮਲ ਹੋਵੇ, ਜੇ ਮਨ ਸ਼ਾਮਲ ਨਹੀਂ ਤੇ ਪੁੰਨ ਵੀ ਨਹੀਂ ਲੱਗਦਾ ਹੈ। ਤੇ ਕਮਾਲ ਦੀ ਗੱਲ ਇਹ ਹੈ, ਜੇ ਮਨ ਸ਼ਾਮਲ ਨਹੀਂ ਤੇ ਪਾਪ ਵੀ ਨਹੀਂ ਲੱਗਦਾ ਹੈ। ਤਾਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੜੇ ਪਿਆਰੇ ਬੋਲ ਨੇ। ਸਤਿਗੁਰੂ ਕਹਿੰਦੇ ਹੋ, ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹੋ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਮੈਂ ਮਨ ਵੀ ਸੌਂਪ ਦੇਵਾਂ, ਤਨ ਸਰੀਰ ਵੀ ਸੌਂਪ ਦੇਵਾਂ, ਆਪਣਾ ਸਿਰ ਵੱਢ ਕੇ ਉਹਨੂੰ ਦੇ ਦੇਵਾਂ ਜਿਹੜਾ ਮੈਨੂੰ ਪਰਮੇਸ਼ਰ ਦੀ ਖਬਰ ਦੇਵੇ, ਜਿਹੜਾ ਮੈਨੂੰ ਰੱਬ ਦੀ ਗੱਲ ਸੁਣਾਵੇ। ਭਾਵ ਆਪਣੇ ਗੁਰੂ ਅੱਗੇ ਮੈਂ ਸਿਰ ਵੀ ਵੱਢ ਕੇ ਹਾਜ਼ਰ ਕਰ ਦੇਵਾਂ। ਹੈਰਾਨ ਹੋ ਜਾਈਦਾ ਹੈ ਕਿ ਇੰਨਾ ਵੱਡਾ ਮੁੱਲ ਧਰਮ ਦੇ ਵਿੱਚ ਮੰਗਿਆ ਜਾਂਦਾ, ਜੇ ਤੂੰ ਪੂਰੇ ਗੁਰੂ ਦੀ ਪ੍ਰਾਪਤੀ ਕਰਦੀ, ਜੇ ਤੂੰ ਪੂਰੇ ਗੁਰੂ ਨੂੰ ਮਿਲਦਾ ਹੈ। ਇੱਕ ਵਾਰੀ ਭਗਤ ਜੀ ਨੂੰ ਪੁੱਛਿਆ ਕਿ ਭਗਤ ਜੀ, ਤੁਹਾਡਾ ਪਰਮਾਤਮਾ ਨਾਲ ਪ੍ਰੇਮ ਪੈ ਗਿਆ ਹੈ ਅਤੇ ਪਰਮਾਤਮਾ ਨਾਲੋਂ ਤੁਹਾਡਾ ਪ੍ਰੇਮ ਟੁੱਟ ਜਾਵੇ ਅਤੇ ਫਿਰ ਤੁਸੀਂ ਕੀ ਕਰੋਗੇ? ਤਾਂ ਭਗਤ ਜੀ ਕਹਿੰਦੇ, ਜੇ ਮੇਰਾ ਰੱਬ ਨਾਲੋਂ ਪ੍ਰੇਮ ਟੁੱਟ ਜਾਵੇ, ਮਨ ਅਰਪਣ ਕਰਨਾ ਮੈਂ ਦਿਲੋਂ ਸਾਧਨਾ ਕਰਦੇ, ਦਿਲ ਤੋਂ ਪ੍ਰੇਮ ਕਰਨਾ, ਕਹਿੰਦੇ ਫਿਰ ਮੈਂ ਜਿਉਂਦਾ ਨਹੀਂ ਰਹਿ ਸਕਦਾ। ਇੱਕ ਬੰਨੇ ਮੈਂ ਆਪਣੀ ਜ਼ਿੰਦਗੀ ਰੱਖੀ ਆ, ਦੂਸਰੇ ਬੰਨੇ ਮੈਂ ਉਹਦੇ ਵੱਟੇ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਕੀਤਾ। ਬੜੇ ਪਿਆਰੇ ਬਚਨ ਆ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੇਰਾ ਪ੍ਰੇਮ, ਮੈਨੂੰ ਡਰ ਰਹਿੰਦਾ ਹੈ ਕਿ ਗੋਬਿੰਦ ਨਾਲੋਂ ਕਿਤੇ ਮੇਰਾ ਪ੍ਰੇਮ ਨਾ ਘਟ ਜਾਵੇ, ਮੇਰਾ ਪ੍ਰੇਮ ਨਾ ਟੁੱਟ ਜਾਵੇ। ਮੈਂ ਤੋ ਮੋਲ ਮਹਿਗੀ ਲਈ ਜੀ ਸਟੈ, ਮੈਂ ਤੇ ਆਪਣੀ ਜ਼ਿੰਦਗੀ ਦਾ ਸੱਟਾ ਲਾਇਆ ਹੈ, ਜ਼ਿੰਦਗੀ ਦਾ ਸੱਟਾ ਲਾ ਕੇ ਏਡਾ ਵੱਡਾ ਪ੍ਰੇਮ ਪ੍ਰਾਪਤ ਕੀਤਾ ਹੈ, ਏਡੀ ਵੱਡੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਅਤੇ ਅਸੀਂ ਕੀ ਕਰਦੇ ਹਾਂ? ਅਸੀਂ 2-4 ਦਿਨ ਪਾਠ ਕਰਕੇ ਬੜੀ ਛੇਤੀ ਅੱਕ ਜਾਂਦੇ ਹਾਂ, ਅਸੀਂ ਥੋੜ੍ਹਾ ਜਿਹਾ ਚਿਰ ਸਾਧਨਾ ਕਰਕੇ ਸਾਡਾ ਮਨ ਅੱਕਣਾ ਸ਼ੁਰੂ ਹੋ ਜਾਂਦਾ ਹੈ, ਸਾਡਾ ਮਨ ਗੁਰੂ ਘਰ ਦੇ ਨਾਲੋਂ ਪਿਛਾਂਹ ਹਟਣਾ ਸ਼ੁਰੂ ਹੋ ਜਾਂਦਾ।
ਇੱਕ ਗੱਲ ਚੇਤੇ ਰੱਖਿਓ, ਬੜੇ ਪਿਆਰੇ ਕਿਸੇ ਸਾਧਕ ਦੇ ਬੋਲ ਆਉਂਦੇ ਨੇ, ਕਿਸੇ ਸਾਧਕ ਦੀ ਜੀਵਨੀ ਆਉਂਦੀ ਹੈ, ਉਹ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੁੰਦਾ ਸੀ। ਉਹਨੇ ਦੇਖਿਆ ਵੀ ਜਿਹੜੇ ਬਾਕੀ ਕਰਮਚਾਰੀ ਆ ਉਹ ਰਹਿੰਦੇ ਤਾਂ ਧਾਰਮਿਕ ਸਥਾਨਾਂ 'ਤੇ ਆ ਪਰ ਭਾਵਨਾ ਉਨੀ ਨਹੀਂ, ਵਿਸ਼ਵਾਸ ਉਨਾ ਨਹੀਂ ਜਿੰਨਾ ਦੂਰੋਂ ਆਉਣ ਵਾਲਿਆਂ ਦਾ ਵਿਸ਼ਵਾਸ ਹੈ। ਉਹਨੇ ਬੜਾ ਯਤਨ ਕੀਤਾ ਉਹਨਾਂ ਦਾ ਜੀਵਨ ਬਦਲ ਨੂੰ, ਪਰ ਉਹ ਤੋਂ ਬਦਲਿਆ ਨਾ ਗਿਆ। ਅਖੀਰ ਨਿਰਾਸ਼ ਹੋ ਗਿਆ ਵੀ ਛੱਡੋ ਖਹਿੜਾ, ਜਿਵੇਂ ਆਪਾਂ ਪੰਜਾਬੀ ਕਹਿੰਦੇ ਖਸਮਾਂ ਨੂੰ ਖਾਵੇ, ਸਾਨੂੰ ਕੀ ਜਿਹੜਾ ਕਰੂਗਾ ਭਰੂਗਾ, ਸਾਡੇ ਤੋਂ ਜਿੰਨੀ ਸੇਵਾ ਮਹਾਰਾਜ ਲੈ ਸਕਦਾ ਲਵੇ। ਇਹ ਗੱਲ ਸੋਚ ਲਈ, ਕਹਿੰਦੇ ਰਾਤ ਉਹਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਕਿਸੇ ਅਗੰਮੀ ਨੂਰੀ ਚਿਹਰੇ ਦੇ ਉਹਨੂੰ ਦਰਸ਼ਨ ਹੋਏ। ਸੁਪਨੇ ਦੇ ਵਿੱਚ ਉਸ ਸੇਵਾਦਾਰ ਨੂੰ ਉਹ ਅਗੰਮੀ ਰੂਹ ਕਹਿੰਦੀ ਹੈ ਕਿ ਭਾਈ ਆਹ ਹਥੌੜਾ ਚੱਕ ਤੇ ਪੱਥਰ ਤੋੜ, ਸਾਹਮਣੇ ਇੱਕ ਪੱਥਰ ਦੀ ਬੜੀ ਵੱਡੀ ਸਿੱਲ ਪਈ ਹੁੰਦੀ, ਉਸ ਸਿੱਲ ਨੂੰ ਤੋੜ, ਪੱਥਰ ਨੂੰ ਤੋੜ। ਆਪਾਂ ਵੀ ਅੱਕ ਜਾਂਦੇ ਨਾ ਕਈ ਵਾਰੀ ਜਦੋਂ ਬਾਣੀ ਤੁਹਾਡੀ ਘਟਣ ਲੱਗ ਪਏ, ਸਿਮਰਨ ਤੁਹਾਡਾ ਘਟਣ ਲੱਗ ਪਏ, ਸਮਝੋ ਕਾਲੀਯੁੱਗ ਜ਼ੋਰ ਪਾ ਗਿਆ। ਕਿਉਂ? ਕਾਲੀਯੁੱਗ ਸਿੱਧਾ ਨਹੀਂ ਮਾਰਦਾ, ਪਹਿਲਾਂ ਇਹ ਨਿੱਤ ਦਾ ਨੇਮ ਤੋੜਦਾ ਹੈ। ਜਿਵੇਂ ਨਿੱਤ ਦਾ ਨੇਮ ਹੈ ਕਿ ਹਰ ਰੋਜ਼ ਅੱਠਵੇਂ ਪਾਤਸ਼ਾਹ ਦੇ ਚਰਨਾਂ 'ਚ ਬਹਿ ਕੇ ਸੰਗਤ ਕਰਨੀ, ਦਰਸ਼ਨ ਕਰਨਾ, ਹੌਲੀ ਹੌਲੀ ਇਹ ਨਿੱਤ ਦਾ ਨੇਮ ਖਤਮ ਕਰ ਦਿੰਦਾ ਹੈ। ਅੰਦਰੋਂ ਭਾਵਨਾ ਇੱਦਾਂ ਦੀ ਬਣਾ ਦਿੰਦਾ, ਚਲੋ ਥੋੜ੍ਹਾ ਕਰ ਲੈਂਦੇ ਹਾਂ, ਇੱਦਾਂ ਦੀਆਂ ਗੱਲਾਂ ਕਰਾ ਕਰਾ ਕੇ ਇੱਕ ਦਿਨ ਜਮ੍ਹਾਂ ਹੀ ਖਤਮ ਕਰ ਦਿੰਦਾ। ਜਿਵੇਂ ਆਪਣੇ ਮਨ 'ਚ ਵੀ ਕਿਤੇ ਕਿਤੇ ਆ ਜਾਂਦਾ ਹੈ ਵੀ ਛੱਡੋ ਖਹਿੜਾ, ਇੰਨੀ ਬਾਣੀ ਪੜ੍ਹਨ ਦਾ ਕੀ ਫਾਇਦਾ। ਜਿਵੇਂ ਕਈ ਕਹਿ ਦਿੰਦੇ ਬਹੁਤੀ ਬਾਣੀ ਨਾ ਪੜ੍ਹਿਆ ਕਰ, ਹਿਸਾਬ ਦੀ ਪੜ੍ਹਿਆ ਕਰ, ਬਹੁਤੀ ਝੱਲੀ ਨਹੀਂ ਜਾਂਦੀ ਹੁੰਦੀ ਬਾਅਦ ਦੇ ਵਿੱਚ, ਇੱਦਾਂ ਵੀ ਕਹਿ ਦਿੰਦੇ ਕਈ। ਤਾਂ ਕਈ ਵਾਰੀ ਇਹ ਹੁੰਦਾ ਸੀ ਸਿਮਰਨ ਕਰਨ ਵਾਲੇ ਹੌਲੀ ਹੌਲੀ ਅੱਕ ਜਾਂਦੇ ਹਾਂ ਵੀ ਛੱਡੋ ਖਹਿੜਾ, ਥੋੜ੍ਹੀ ਬਹੁਤੀ ਪੜ੍ਹ ਲਓ, ਮਾੜਾ ਮੋਟਾ ਮੂੰਹ ਮਾਂ ਮਾਰ ਛੱਡਿਆ ਕਰੋ, ਬਹੁਤੀ ਕੀ ਪੜ੍ਹਦੀ ਹੈ, ਬਾਣੀ ਪੜ੍ਹੀ ਜਾਣੀ ਸਾਰੀ ਦਿਹਾੜੀ। ਇੱਦਾਂ ਸਾਡੇ ਮਨ 'ਚ ਆ ਜਾਂਦਾ ਹੈ। ਜੇ ਤਾਂ ਤੁਸੀਂ ਹੋਏ ਸੱਚੇ ਸਾਧਕ ਅਤੇ ਜੇ ਤੁਹਾਡਾ ਹੋਇਆ ਗੁਰੂ ਪੂਰਾ, ਜਾਂ ਜਿਸ ਸਥਾਨ 'ਤੇ ਤੁਸੀਂ ਸੇਵਾ ਕਰਦੇ ਹਾਂ, ਜਿਸ ਉਸ ਸਥਾਨ ਦੇ ਵਿੱਚ ਕੋਈ ਸ਼ਕਤੀ ਹੋਈ, ਤਾਂ ਫਿਰ ਤੁਹਾਨੂੰ ਸੁਨੇਹਾ ਜ਼ਰੂਰ ਮਿਲੂਗਾ, ਤੂੰ ਗਲਤ ਕਰਦਾ, ਬਾਣੀ ਪੜ੍ਹਨੀ ਨਾ ਛੱਡ। ਕਿਸੇ ਰਾਹੀਂ ਸੁਨੇਹਾ ਮਿਲੇ,
ਕਿਸੇ ਰਾਹੀਂ ਮਿਲੇ, ਭਾਵੇਂ ਕਥਾ ਰਾਹੀਂ ਜਵਾਬ ਮਿਲੇ, ਅਤੇ ਜੇ ਚੰਗੇ ਸਾਧਕ ਹੋਏ ਤਾਂ ਫਿਰ ਸੁਪਨੇ ਦੇ ਵਿੱਚ ਜ਼ਰੂਰ ਜਵਾਬ ਮਹਾਰਾਜ ਦਊਗਾ। ਕਿਸੇ ਦੇ ਦਰਸ਼ਨ ਹੋਣ, ਕਿਸੇ ਸਿੰਘ ਦੇ ਵੀ ਦਰਸ਼ਨ ਹੋਣ, ਕਿਸੇ ਸ਼ਹੀਦ ਦੇ ਦਰਸ਼ਨ ਹੋਣ, ਉਹ ਜ਼ਰੂਰ ਦਰਸ਼ਨ ਦੇ ਕੇ ਕਹੂਗਾ ਤੂੰ ਗਲਤ ਕਰਦਾ ਆ ਕੰਮ ਕਰ। ਜੇ ਤੁਸੀਂ ਸੱਚੇ ਸਾਧਕ ਹੋਏ, ਜਿਹੜੇ ਸੱਚੇ ਸਾਧਕ ਅਤੇ ਸੱਚੇ ਥਾਂ ਨੇ ਨਾ, ਉਹਨਾਂ 'ਤੇ ਪਰਮੇਸ਼ਰ ਦਾ ਪਹਿਰਾ ਰਹਿੰਦਾ ਹੈ, ਅਗੰਬੀ ਰੂਹਾਂ ਦਾ ਪਹਿਰਾ ਦਿੰਦਾ ਹੈ। ਇਸ ਕਰਕੇ ਉਹ ਜਵਾਬ ਦਿੰਦੀਆਂ ਨੇ। ਜੇ ਕੋਈ ਮਨ ਦੇ ਵਿੱਚ ਪ੍ਰਸ਼ਨ ਹੋਵੇ ਤਾਂ ਨਾ ਜਵਾਬ ਮਿਲੇ, ਇੱਕ ਦਿਨ ਜ਼ਰੂਰ ਜਵਾਬ ਦਵਾਉਣਗੇ। ਉਹ ਸਾਧਕ ਨੂੰ ਸੁਪਨਾ ਆਇਆ, ਅਗੰਮੀ ਰੂਹ ਨੇ ਪੱਥਰ ਤੋੜਨ ਵਾਸਤੇ ਆਖਿਆ। ਉਹ ਜਿਉਂ ਸੁਪਨੇ ਦੀ ਗੱਲ ਹੈ, ਸੁਪਨੇ 'ਚ ਦਿਹਾੜੀ ਬੜੀ ਛੇਤੀ ਲੰਘਦੀ ਹੈ, ਬਾਹਰ 'ਤੇ ਚਲੋ ਕਾਫੀ ਟਾਈਮ ਲੱਗਦਾ, ਸੁਪਨੇ ਵਿੱਚ ਪੱਥਰ ਤੋੜੀ ਜਾਂਦਾ ਤੋੜੀ ਜਾਂਦਾ ਤੋੜੀ ਜਾਂਦਾ, ਸਾਰੀ ਦਿਹਾੜੀ ਲਾਤੀ ਉੱਤੇ, ਪੱਥਰ 'ਤੇ ਸਿਲ ਉੱਤੇ ਰੱਤੀ ਮਾਤਰ ਅਸਰ ਨਹੀਂ ਪਿਆ। ਉਹਨੇ ਥੌੜਾ ਸੁੱਟ ਦਿੱਤਾ। ਅਗੰਮੀ ਰੂਹ ਕਹਿੰਦੀ ਕੀ ਗੱਲ, ਹਥੌੜਾ ਕਿਉਂ ਸੁੱਟਿਆ ਜੀ? ਕਹਿੰਦਾ ਜੀ ਫਜ਼ੂਲ ਕੰਮ, ਫਜ਼ੂਲ ਕੰਮ ਦਾ ਕੀ ਫਾਇਦਾ ਹੈ, ਇੰਨੀ ਐਨਰਜੀ ਵੇਸਟ ਕਰਨੀ, ਇੰਨੀ ਸ਼ਕਤੀ ਊਰਜਾ ਖਤਮ ਕਰਨੀ, ਕੀ ਫਾਇਦਾ ਹੈ, ਫਜ਼ੂਲ ਕੰਮ ਹੈ। ਕਹਿੰਦੇ ਤੈਨੂੰ ਸੇਵਾ ਕਿਹੜੀ ਲਾਈ ਹੈ? ਕਹਿੰਦਾ ਜੀ ਪੱਥਰ ਤੋੜਨ ਦੀ, ਸਿੱਲ ਭੰਨਣ ਦੀ। ਕਹਿੰਦੇ ਤੇਰਾ ਕੰਮ ਸਿਰਫ ਅਤੇ ਸਿਰਫ ਉਹਨੂੰ ਭੰਨਣ ਦਾ ਹੈ, ਟੁੱਟੇ ਭਾਵੇਂ ਨਾ ਟੁੱਟੇ ਇਹ ਸਾਡਾ ਕੰਮ ਹੈ ਸੋਚਣ ਦਾ। ਤੇਰਾ ਕੰਮ ਕੀ ਹੈ? ਤੇਰਾ ਕੰਮ ਹੈ ਬਸ ਇਹਨੂੰ ਭੰਨੀ ਚੱਲ। ਉਹਦੀ ਅੱਖ ਖੁੱਲ੍ਹ ਗਈ, ਉਹਨੂੰ ਜਵਾਬ ਮਿਲ ਗਿਆ, ਮੇਰਾ ਕੰਮ ਕੀ ਹੈ, ਆਪਣਾ ਕੰਮ ਕੀ ਹੈ? ਆਪਣਾ ਕੰਮ ਹੈ ਹਰ ਰੋਜ਼ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਬਹਿਣਾ ਹੀ ਬਹਿਣਾ, ਹਰ ਰੋਜ਼ ਨਿਤਨੇਮ ਕਰਨਾ ਹੀ ਕਰਨਾ ਹੈ, ਸਿਮਰਨ ਕਰਨਾ ਹੀ ਕਰਨਾ ਹੈ। ਹਾਂ ਮਿਲੇ ਜਾਂ ਨਾ ਮਿਲੇ ਇਹ ਉਹਦੀ ਮਰਜ਼ੀ ਹੈ। ਇਸੇ ਤਰ੍ਹਾਂ ਹਰੇਕ ਦੀ ਕੋਈ ਨਾ ਕੋਈ ਡਿਊਟੀ ਹੈ ਬਈ, ਆਪਣੀ ਡਿਊਟੀ ਦਾ। ਮਾਂ ਦਾ ਕੰਮ ਕੀ ਹੈ? ਬੱਚਿਆਂ ਦੀ ਪਾਲਣਾ। ਪਿਓ ਦਾ ਕੰਮ ਕੀ ਹੈ? ਪਾਲਣਾ। ਇਸੇ ਤਰ੍ਹਾਂ ਹਰੇਕ ਦਾ ਕੋਈ ਨਾ ਕੋਈ ਕੰਮ ਰੱਬ ਨੇ ਲਾਇਆ, ਉਹਨੂੰ ਇਮਾਨਦਾਰੀ ਨਾ ਕਰੋ, ਹਥਿਆਰ ਨਾ ਸੁੱਟ। ਤਾਂ ਮਹਾਰਾਜ ਕੀ ਕਹਿੰਦੇ, ਨਿੱਤ ਹਿਰਦੈ ਰੱਖਾਂ ਸੰਭਾਲ। ਇਹਨੂੰ ਨਿੱਤ ਹਰ ਰੋਜ਼ ਨਿਤਾ ਪ੍ਰਤੀ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਸੰਭਾਲ ਕੇ ਰੱਖ, ਇਹਦਾ ਹਰ ਰੋਜ਼ ਸਿਮਰਨ ਕਰ। ਸਤਿਗੁਰੂ ਤੇ ਇੱਥੋਂ ਤੱਕ ਕਹਿ ਦਿੰਦੇ, ਕਹਿੰਦੇ ਭੁੱਲ ਜਾ ਜੋ ਵੀ ਦੁਨੀਆ ਦੇ ਵਿੱਚ ਹੈ, ਸਭ ਕੁਝ ਭੁੱਲ ਜਾ, ਜੋ ਕੁਝ ਰਹਿੰਦਾ ਰਹਿਣ ਦੇ, ਜਿਹੜਾ ਕੰਮ ਨਹੀਂ ਹੁੰਦਾ ਛੱਡ ਖਹਿੜਾ, ਪਰ ਇੱਕ ਕੰਮ ਨਾ ਭੁੱਲੀ, ਉਹ ਕੀ? ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸਭੇ ਗੱਲਾਂ ਵਿਸਰਨ, ਸਭ ਕੁਝ ਭੁੱਲਦਾ ਭੁੱਲ ਜਾ,
ਪਰ ਇੱਕ ਮਹਾਰਾਜ ਦਾ ਨਾਮ ਨਾ ਭੁੱਲੀ ਤਾਂ ਕੀ ਕਹਿੰਦੇ ਦੂਸਰੀ ਪੰਕਤੀ 'ਚ, ਹੋਂ ਤਿਸ ਦੇਵਾਂ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ। ਉਹਨੂੰ ਹਿਰਦੇ 'ਚ ਘੁੱਟ ਕੇ ਰੱਖ, ਪਕੜ ਕੇ ਰੱਖ, ਅਤੇ ਆਪਣਾ ਮਨ ਗੁਰੂ ਨੂੰ ਦੇ ਦੇ। ਹੁਣ ਸਾਡੇ ਮਨ ਦੀ ਹਾਲਤ ਪਤਾ ਕੀ ਹੈ, ਜਿਵੇਂ ਵੇਸਵਾ, ਵੇਸਵਾ ਜਿਹੜੇ ਵੀ ਬੰਦੇ ਕੋਲੇ ਬਹਿੰਦੀ ਆ ਕਹਿੰਦੀ ਤੇਰੀ ਆ, ਬਸ ਹਰੇਕ ਨੂੰ ਕਹਿੰਦੀ ਵੀ ਤੇਰੀ ਆ, ਔਰ ਅੰਦਰੋਂ ਕਿਸੇ ਦੀ ਵੀ ਨਹੀਂ, ਕਿਸੇ ਇੱਕ ਦਾ ਮਨ ਹੈ ਹੀ ਨਹੀਂ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਆ ਏਡਾ ਬੇਈਮਾਨ ਆ, ਇੱਥੇ ਆਣ ਕੇ ਕਹਿੰਦਾ ਮਹਾਰਾਜ ਜੀ ਤੁਹਾਡਾ, ਅਤੇ ਬਾਹਰ ਨਿਕਲ ਕੇ ਕਦੀ ਮੁਸਲਮਾਨਾਂ ਦੀ ਕਬਰ 'ਤੇ, ਕਦੀ ਕਿਤੇ, ਫਿਰ ਉੱਥੇ ਜਾ ਕੇ ਉੱਥੇ ਹੱਥ ਜੋੜੀ ਜਾਂਦਾ। ਇਹ ਮਨ ਸਾਡਾ ਮਨ ਤਾਂ ਵੇਸਵਾ ਤੋਂ ਵੀ ਗਿਆ ਗੁਜ਼ਰਿਆ, ਉਹ ਵੀ ਇੱਕ ਦਿਹਾੜੀ ਵਾਸਤੇ, 24 ਘੰਟਿਆਂ ਵਾਸਤੇ ਇੱਕ ਨਾ ਲਾ ਛੱਡਦੀ ਹੈ, ਅਤੇ ਆਪਣਾ ਤਾਂ ਪਲ ਪਲ ਦੇ ਵਿੱਚ ਬਦਲਦਾ, ਸਕਿੰਟ ਸਕਿੰਟ 'ਚ ਬਦਲਦਾ। ਤਾਂ ਕਹਿੰਦੇ ਮਨ ਦੇ, ਮਨ ਸੌਂਪ, ਅਤੇ ਕੀ ਕਹਿੰਦੇ ਕਬੀਰ ਸਾਹਿਬ, ਮਨ ਦੇ ਰਾਮ ਲੀਆ ਹੈ ਮੋਲ। ਬਸ ਜਦੋਂ ਮਨ ਅਰਪਣ ਕਰ ਦਿੱਤਾ ਉਦੋਂ ਮਹਾਰਾਜ ਦੀ ਪ੍ਰਾਪਤੀ ਹੋ ਜਾਂਦੀ। ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿਨਾ ਮਿਲਾਏ ਓਨ, ਜਿਨ ਸਦ ਹੀ ਵਰਤੈ ਨਾਲ। ਮਹਾਰਾਜ ਪੁੱਛਦੇ ਆ, ਪਰਮਾਤਮਾ ਪੁੱਛਦਾ ਸਾਧਕ ਨੂੰ, ਅੰਦਰੋਂ ਆਵਾਜ਼ ਆਈ, ਛੱਡ ਖਹਿੜਾ, ਗੁਰੂ ਤੋਂ ਬਿਨਾਂ ਕੀ ਫਰਕ ਪੈਂਦਾ। ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤੇ ਉਹਨਾਂ ਨੂੰ ਕਿਹੜਾ ਰੋਟੀ ਨਹੀਂ ਮਿਲਦੀ, ਉਹ ਸਗੋਂ ਚੰਗੇ ਵਧੀਆ ਨਜ਼ਾਰੇ ਲੈਂਦੇ ਪਏ। ਅਤੇ ਤੂੰ ਗੁਰੂ ਤੋਂ ਕੀ ਕਰਨਾ ਹੈ, ਪ੍ਰੇਮ ਪਰਖਦੇ ਆ ਨਾ ਸੱਚਾ ਪ੍ਰੇਮ। ਤਾਂ ਅੱਗਿਓਂ ਸਾਧਕ ਨੇ ਕੀ ਜਵਾਬ ਦਿੱਤਾ, ਸਾਧਕ ਕਹਿੰਦਾ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ, ਗੁਰੂ ਤੋਂ ਬਿਨਾਂ ਜਿਹੜੀ ਜ਼ਿੰਦਗੀ ਜਿਉਣੀ ਆ ਉਹਨੂੰ ਕਹਿੰਦੇ ਤਰਕਾਰ ਯੋਗ ਹੈ। ਤਰਕਾਰ ਕਹਿੰਦੇ 100 ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹਿ ਦੇਣਾ, ਜੇ ਗੁਰੂ ਦੇ ਚਰਨੀ ਨਹੀਂ ਨਾ ਪਿਆ। ਇਹੋ ਜਿਹੀ ਜ਼ਿੰਦਗੀ ਨੂੰ ਕਹਿੰਦੇ ਲਾਹਨਤ ਹੈ, ਇਹੋ ਜਿਹੀ ਜ਼ਿੰਦਗੀ ਤਰਕਾਰ ਯੋਗ ਹੈ। ਤੁਸੀਂ ਰਹਿਰਾਸ ਸਾਹਿਬ ਦੇ ਵਿੱਚ ਹਰ ਰੋਜ਼ ਇੱਕ ਸ਼ਬਦ ਸੁਣਦੇ ਹਾਂ ਸਿੰਘ ਸਾਹਿਬ ਜੀ ਦੀ ਰਸਨਾ ਤੋਂ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ। ਜਿਹਨੇ ਗੁਰੂ ਦੇ ਚਰਨ ਨਹੀਂ ਫੜੇ ਉਹਦਾ ਹੁਣ ਤੱਕ ਦਾ ਜੀਵਨ, ਉਹਨੂੰ ਵੀ 100 ਵਾਰੀ ਫਿੱਟੇ ਮੂੰਹ ਜੇ ਉਹਨੇ ਹੁਣ ਤੱਕ ਗੁਰੂ ਨਹੀਂ ਧਾਰਨ ਕੀਤਾ, ਅਤੇ ਜੇ ਅੱਜ ਤੋਂ ਬਾਅਦ ਅੱਗੇ ਵੀ ਗੁਰੂ ਨਹੀਂ ਧਾਰਨ ਕਰਦਾ, ਹੁਣ ਨਹੀਂ ਕੋਈ ਸੰਗ ਆਉਂਦੀ, ਹੁਣ ਨਹੀਂ ਕੋਈ ਸ਼ਰਮ ਆਉਂਦੀ, ਅਤੇ ਕਹਿੰਦੇ 100 ਵਾਰੀ ਫਿੱਟੇ ਮੂੰਹ ਉਹਦੀ ਅਗਲੀ ਜ਼ਿੰਦਗੀ ਨੂੰ, ਜਿੰਨੀ ਨੰਘੀ ਉਹਨੂੰ ਵੀ ਲਾਹਨਤ ਤਰਕਾਰ, ਅਤੇ ਜਿਹੜੀ ਅੱਗੇ ਕੋਈ ਆਸ ਉਮੀਦ ਜ਼ਿੰਦਗੀ ਜਿਉਵੇਗਾ ਉਹਨੂੰ ਵੀ ਕਹਿੰਦੇ ਤ੍ਰਿਗ ਹੈ। ਸਤਿਗੁਰੂ ਤਾਂ ਇੱਥੋਂ ਤੱਕ ਕਹਿ ਦਿੰਦੇ ਆ, ਅਤ ਸੁੰਦਰ ਕੁਲੀਨ ਚਤੁਰ
ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅਤ ਸੋਹਣਾ ਹੋਵੇ, ਚੰਗੇ ਖਾਨਦਾਨ ਦਾ ਹੋਵੇ, ਚਤਰ ਸਿਆਣਾ ਹੋਵੇ, ਮੁੱਖ ਗਿਆਨੀ ਮੂੰਹ ਤੋਂ ਬੜੀਆਂ ਸੋਹਣੀਆਂ ਗੱਲਾਂ ਕਰ ਲੈਂਦਾ ਹੋਵੇ, ਗਿਆਨਵਾਨ ਹੋਵੇ, ਪੈਸਾ ਵੀ ਖੁੱਲ੍ਹਾ ਹੋਵੇ। ਵੈਸੇ ਇੰਨੀਆਂ ਚੀਜ਼ਾਂ ਬੰਦਿਆਂ 'ਚ ਕਿੱਥੇ ਹੁੰਦੀਆਂ? ਜਿਹੜੇ ਬੰਦੇ, ਜ਼ਰੂਰੀ ਥੋੜ੍ਹੀ ਆ ਵੀ ਮਾਇਆਧਾਰੀ ਹੋਵੇ ਅਤੇ ਸੋਹਣਾ ਵੀ ਹੋਊ, ਜ਼ਰੂਰੀ ਥੋੜ੍ਹੀ ਆ ਵੀ ਮਾਇਆਧਾਰੀ ਹੋਵੇ ਅਤੇ ਸਿਆਣਾ ਵੀ ਹੋਊ। ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ, ਹੋਣ, ਪਰ ਜੇ ਰੱਬ ਦੇ ਨਾਲ ਪ੍ਰੇਮ ਨਹੀਂ ਤਾਂ ਮਹਾਰਾਜ ਕਹਿੰਦੇ ਮਰੀ ਹੋਈ ਲਾਸ਼ ਤੁਰੀ ਫਿਰਦੀ ਆ, ਬੰਦਾ ਥੋੜ੍ਹੀ ਆ। ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਤਾਂ ਇੱਥੋਂ ਤੱਕ ਕਹਿ ਦਿੰਦੇ, ਗੁਰਮੰਤਰ ਹਿਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਿਸ਼ਟਣੈ, ਕੂਕਰੈ ਸੂਕਰੈ ਗਰਦ ਵਹਿ ਕਾਕੈ ਸਰਪਨੈ ਤੁਲ ਖਲੈ। ਜਿਹੜਾ ਗੁਰੂ ਦਾ ਉਪਦੇਸ਼ ਨਹੀਂ ਲੈਂਦਾ, ਕਹਿੰਦੇ ਤ੍ਰਿਗੰਤ ਜਨਮ, ਭਾਈ ਉਹਦਾ ਜਨਮ ਹੀ ਕਹਿੰਦੇ ਇੱਕ ਲਾਹਨਤ ਆ ਬਹੁਤ ਵੱਡੇ, ਜਿਹਨੇ ਐਸ ਜਨਮ ਦੇ ਵਿੱਚ ਗੁਰੂ ਨਹੀਂ ਧਾਰਨ ਕੀਤਾ। ਅਤੇ ਫਿਰ ਕੀ ਕਹਿੰਦੇ, ਜਨਮ ਭ੍ਰਸ਼ਟਣਾ ਹੈ, ਫਿਟਕਾਰ ਯੋਗ ਹੈ ਉਹਦਾ ਜੀਵਨ, ਉਹ ਬੰਦਾ ਨਹੀਂ, ਉਹ ਤੇ ਕੂਕਰੇ ਦਾ ਮਤਲਬ ਹੁੰਦਾ ਉਹਦਾ ਸੁਭਾਅ ਕੁੱਤੇ ਵਾਲਾ ਹੈ। ਰਾਵਣ ਦਾ ਅਰਥ ਕੀ ਹੁੰਦਾ ਹੈ? ਅਜੇ ਤੱਕ ਪਤਾ ਲੱਗਾ ਵੀ ਰਾਵਣ ਦਾ ਅਰਥ ਕੀ ਹੈ? ਰਾਵਣ ਸ਼ਬਦ ਕਿੱਥੋਂ ਬਣਿਆ? ਕਹਿੰਦੇ ਜਦੋਂ ਇਹ ਜੰਮਿਆ ਇਹ ਰੋਂਦਾ ਹੀ ਰਹਿੰਦਾ ਸੀ, ਅਤੇ ਰੋਣ ਕਰਕੇ ਇਹਦਾ ਨਾਂ ਕੀ ਪੈ ਗਿਆ? ਰਾਵਣ। ਗੁਰਬਾਣੀ ਦੀ ਰਮਾਇਣ ਪੜ੍ਹੀ ਹੈ? ਗੁਰਬਾਣੀ ਦੇ ਵਿੱਚ ਵੀ ਰਮਾਇਣ ਲਿਖੀ ਹੈ, ਪਰ ਉੱਥੇ ਰਾਮ ਕੌਣ? ਪਰਮਾਤਮਾ। ਰਾਵਣ ਕੌਣ ਆ? ਸਾਡਾ ਮਨ। ਗੁਰਬਾਣੀ ਦੇ ਵਿੱਚ ਵੀ ਚਾਰਾਂ ਪੰਕਤੀਆਂ ਦੇ ਵਿੱਚ ਹੀ ਸਾਰੀ ਰਮਾਇਣ ਲਿਖਤੀ ਫੜ ਕੇ, ਗੁਰਮੁਖ ਮਾਰਿਓ ਇਹ ਚੰਦ ਰਾਵਣ। ਬਹੁਤ ਸੋਹਣਾ ਚਾਰਾਂ ਪੰਕਤੀਆਂ ਦਾ ਸਿਧਾਂਤ। ਚਲੋ ਇਸ ਬੰਨੇ ਨਹੀਂ ਜਾਣਾ, ਰਾਵਣ ਕੌਣ ਹੈ? ਕਹਿੰਦੇ ਜਿਹੜਾ 1000 ਸਾਲ ਰੋਂਦਾ ਹੀ ਰਿਹਾ, ਅਤੇ ਬੰਦੇ ਦਾ ਮਨ, ਇਹ ਕਹਿੰਦੇ ਮਹਾ ਰਾਵਣ। ਇਹ ਕਹਿੰਦੇ ਭਾਵੇਂ 10000 ਸਾਲ ਜ਼ਿੰਦਗੀ ਜਿਉਂ ਲੇ, ਇਹਨੇ ਰੋਈ ਜਾਣਾ, ਇਹਨੇ ਮੰਗੀ ਜਾਣਾ, ਮੰਗੀ ਜਾਣਾ, ਇਹ ਨਹੀਂ ਕਦੀ ਰਾਜਦਾ। ਇਸ ਕਰਕੇ ਮਨ ਕੀ ਆ? ਰਾਵਣ। ਤਾਂ ਉਹ ਬੰਦਾ ਨਹੀਂ, ਕਹਿੰਦੇ ਉਹਦਾ ਕੁੱਤੇ ਵਾਲਾ ਸੁਭਾਅ ਬਣ ਚੁੱਕਾ ਹੈ। ਜਿਵੇਂ ਕੁੱਤਾ ਭੌਂਕਦਾ ਰਹਿੰਦਾ, ਕਹਿੰਦੇ ਮਨ ਵੀ ਭੌਂਕੀ ਜਾਂਦਾ ਹੈ। ਫਿਰ ਕੀ ਕਹਿੰਦੇ? ਸੂਕਰ ਹੈ। ਸੂਕਰ ਕਹਿੰਦੇ ਸੂਰ ਨੂੰ, ਸੂਰ। ਸੂਰ ਜਿਵੇਂ ਗੰਦਗੀ ਖਾਂਦਾ, ਕਹਿੰਦੇ ਨਿੰਦਿਆ ਹੀ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਗਰਦ ਬਹਿ ਹੈ, ਗਧੇ 'ਤੇ ਚੰਦਨ ਦਾ ਲੇਪ ਕਰ ਦਈਏ ਅਤੇ ਕਿੱਥੇ ਜਾ ਕੇ ਲਿੜਦਾ ਬਈ? ਰੂੜੀਆਂ 'ਤੇ, ਸਵਾਹ 'ਤੇ, ਢੇਰ 'ਤੇ, ਕਈ ਇਲਾਕਿਆਂ ਢੇਰ ਕਹਿ ਦਿੰਦੇ ਹੈ। ਇਸੇ ਤਰ੍ਹਾਂ ਮਹਾਰਾਜ ਨੇ ਚੰਗਾ ਜਨਮ ਦਿੱਤਾ ਸੀ, ਮਨੁੱਖਾ ਜਨਮ, ਚੰਦਨ ਲਾਇਆ ਸੀ, ਅਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਖੱਚਤ ਕਰੀ ਜਾਂਦਾ, ਕਹਿੰਦੇ ਖੋਤੇ ਅਰਗਾ ਸੁਭਾਅ ਬਣ ਚੁੱਕਾ। ਫਿਰ ਕਾਕਾ ਹੈ ਕਾਂ। ਕਾਂ ਦਾ ਸੁਭਾਅ ਕੀ ਹੈ? ਕਾਂ ਵਰਗੀ ਬਿਰਤੀ ਲਓ ਲਓ ਕਰਦਾ ਰਹਿੰਦਾ ਹੈ। ਸਰਪ ਨੇ ਸੱਪ ਵਰਗੀ ਬਿਰਤੀ ਧਾਰਨ ਕਰ ਲਈ ਹੈ। ਜਿਵੇਂ ਸੱਪ ਦੁੱਧ ਦੇ ਉੱਤੇ ਮੂੰਹ 'ਤੇ ਲਾਉਂਦਾ ਪਰ ਅੰਦਰੋਂ ਜ਼ਹਿਰ,
ਇਸੇ ਤਰ੍ਹਾਂ ਬਾਹਰੋਂ ਬੜੀਆਂ ਮਿੱਠੀਆਂ ਗੱਲਾਂ ਕਰਦਾ ਅਤੇ ਅੰਦਰੋਂ ਛੁਰੀ ਫੇਰਦਾ, ਛੁਰੀ ਮਾਰ ਬੰਦਾ। ਕਹਿੰਦੇ ਇੱਦਾਂ ਦਾ ਉਪਦੇਸ਼ ਬਣ ਜਾਂਦਾ ਜਿਹੜੇ ਗੁਰੂ ਤੋਂ ਇੱਦਾਂ ਦਾ ਜੀਵਨ ਬਣ ਜਾਂਦਾ ਜਿਹੜੇ ਗੁਰੂ ਤੋਂ ਪਾਸੇ ਹੋ ਜਾਂਦੇ ਆ। ਤਾਂ ਸਤਿਗੁਰੂ ਜੀ ਕੀ ਕਹਿੰਦੇ, ਇੱਕ ਸਤਿਗੁਰ ਬਾਹਰ ਆ ਤ੍ਰਿਗ ਜੀਵਨ ਸੰਸਾਰ। ਲਾਨਤ ਆ ਉਹਨਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤਾ। ਜਾਂ ਨਾਨਕ ਸਤਿਗੁਰ ਤਿੰਨਾਂ ਮਲਾਇਨ ਜਿਨ ਸਦ ਹੀ ਵਰਤੈ ਨਾਲ। ਉਸ ਪ੍ਰਭੂ ਨੇ ਉਹਨਾਂ ਭਾਗਾਂ ਵਾਲਿਆਂ ਨੂੰ ਗੁਰੂ ਨਾਲ ਮਿਲਾਇਆ ਹੈ ਜਿਨ੍ਹਾਂ ਦੇ ਨਾਲ ਪ੍ਰਭੂ ਆਪ ਵੱਸਦਾ ਹੈ। ਦੂਸਰਾ ਸ਼ਬਦ ਇਹਦੇ ਵਿੱਚ, ਹੁਣ ਪਹਿਲੇ ਸ਼ਬਦ ਵਿੱਚ ਪਰਮਾਤਮਾ ਅੱਗੇ ਬੇਨਤੀ ਸੀ ਗੁਰੂ ਮਿਲਾ, ਹੁਣ ਗੁਰੂ ਅੱਗੇ ਤਰਲਾ ਹੈ, ਗੁਰੂ ਅੱਗੇ ਨੱਕ ਰਗੜਨਾ ਹੈ, ਗੁਰੂ ਅੱਗੇ ਮੱਥਾ ਘਸਾਉਣਾ ਹੈ, ਗੁਰੂ ਅੱਗੇ ਰੋਜ਼ ਅਰਦਾਸਾਂ ਕਰਨੀਆਂ ਕਿ ਮੈਨੂੰ ਰੱਬ ਮਿਲਾ, ਪਰਮਾਤਮਾ ਮਿਲਾ। ਤਾਂ ਕੀ ਕਹਿੰਦੇ, ਮਹੱਲਾ ਪੰਜਵਾਂ, ਮੇਰਾ ਅੰਤਰ ਲੋਚਾ ਮਿਲਣ ਕੀ, ਕਿਉਂ ਪਾਵਾਂ ਪ੍ਰਭ ਤੋਹੇ, ਕੋਈ ਐਸਾ ਸੱਜਣ ਲੋੜ ਲਹੋ, ਜੋ ਮੇਲੇ ਪ੍ਰੀਤਮ ਮੋਹੇ। ਮੇਰੇ ਅੰਦਰ ਲੋਚਾ ਤਾਂ ਗਾ, ਤੜਫਾ ਪਰਮੇਸ਼ਰ ਨੂੰ ਮਿਲਦੀ, ਅਤੇ ਕੋਈ ਮੈਨੂੰ ਰੱਬ ਦੇ ਨਾਲ ਮਿਲਾਓ। ਅੱਗਿਓਂ ਜਵਾਬ ਆਇਆ ਕਿ ਭਾਈ, ਜੇ ਤੂੰ ਮੇਰੇ ਨਾਲ ਮਿਲਣਾ ਸਾਧਕ ਪੁਰਸ਼, ਤਾਂ ਕੋਈ ਸੱਜਣ ਲੱਭ, ਕੋਈ ਸੰਤ ਲੱਭ, ਪੂਰਾ ਗੁਰੂ ਲੱਭ, ਜਿਹੜਾ ਤੈਨੂੰ ਮੇਰੇ ਨਾਲ ਮਿਲਾ ਦੇਵੇ, ਭਾਵ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਨਾਲ ਮਿਲਾ ਦੇਵੇ। ਤਾਂ ਅੱਗਿਓਂ ਕੀ ਆਖਿਆ, ਹੁਣ ਆਪ ਜਵਾਬ ਦਿੰਦੇ, ਉਹ ਸੱਜਣ ਕੌਣ ਹੈ, ਉਹ ਪ੍ਰੀਤਮ ਕੌਣ ਹੈ? ਗੁਰ ਪੂਰਾ ਮੇਲਾਇਆ, ਜਤ ਦੇਖਾਂ ਤਤ ਸੋਏ। ਕਹਿੰਦੇ ਪੂਰਾ ਗੁਰੂ ਸੱਜਣ ਹੈ, ਪੂਰਾ ਗੁਰੂ ਐਸਾ ਮਹਾਂਪੁਰਸ਼ ਹੈ ਜਿਹੜਾ ਉਹਨੂੰ ਮਿਲਾ ਸਕਦਾ ਹੈ, ਉਸ ਵਾਹਿਗੁਰੂ ਦੀ ਪ੍ਰਾਪਤੀ ਕਰਾ ਸਕਦਾ ਹੈ, ਉਸ ਵਾਹਿਗੁਰੂ ਦੇ ਨਾਲ ਜੋੜ ਸਕਦਾ ਹੈ। ਮਹਾਂਪੁਰਖ ਇੱਕ ਗੱਲ ਸੁਣਾਉਂਦੇ ਹੁੰਦੇ ਆ, ਦਮਦਮੀ ਟਕਸਾਲ ਦੇ ਮੁਖੀ ਕਹਿੰਦੇ, ਇੱਕ ਗੁਰੂ ਘਰ ਦੇ ਵਿੱਚ ਮਹਾਤਮਾ ਹੋਏ ਆ, ਮਹਾਂਪੁਰਸ਼ ਸੰਤ ਭਗਤ ਸਿੰਘ ਜੀ, ਪਿੰਡੀ ਘੇਪ ਵਾਲੇ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਤਕਰੀਬਨ ਆਪਣੀ 10-12 ਸਾਲਾਂ ਦੀ ਉਮਰ ਛੱਡ ਕੇ ਬਾਕੀ ਜਿੰਨੀ ਉਮਰ ਸੀ, ਮੈਨੇ 70-80 ਸਾਲ ਸਿਰਫ ਤੇ ਸਿਰਫ ਇੱਕ ਬਾਣੀ ਦਾ ਅਭਿਆਸ ਕੀਤਾ, ਉਹਨੂੰ ਕਹਿੰਦੇ ਜਪਜੀ ਸਾਹਿਬ, ਜਪੋ ਜੀ, ਜਪਜੀ ਸਾਹਿਬ। ਅਤੇ ਅੰਦਾਜ਼ੇ ਮੁਤਾਬਕ, ਵੈਸੇ ਜਿਹੜਾ ਧਾਰਮਿਕ ਪੁਰਸ਼ ਹੈ ਉਹ ਪਾਠ ਗਿਣਦਾ ਨਹੀਂ, ਚਿੱਤ ਪਰਮੇਸ਼ਰ 'ਚ ਜੋੜਦਾ, ਚਿੱਤ ਨੂੰ ਗਿਣਤੀ 'ਚ ਨਹੀਂ ਜੋੜਨਾ, ਮਿਣਤੀ 'ਚ ਨਹੀਂ ਜੋੜਨਾ। ਅੰਦਾਜ਼ੇ ਮੁਤਾਬਕ ਕਹਿੰਦੇ ਜੇ ਉਹਨਾਂ ਨੇ 7.5 ਸਾਲ ਅਭਿਆਸ ਕੀਤਾ ਜਪਜੀ ਸਾਹਿਬ ਦਾ, ਅਤੇ ਜੇ ਉਹ 51 ਪਾਠ ਵੀ ਰੋਜ਼ ਕਰਦੇ ਸੀ, ਅਤੇ 7.5 ਸਾਲਾਂ 'ਚ ਬਣ ਗਿਆ 125,000 ਪਾਠ।
ਤੇ ਤਕਰੀਬਨ ਉਹਨਾਂ 70 ਕੇ 80 ਸਾਲ ਅਭਿਆਸ ਕੀਤਾ ਹੈ ਜਪਜੀ ਸਾਹਿਬ ਦਾ, ਤੇ ਕਿੰਨਾ ਬਣ ਗਿਆ? ਝੂਠ ਮਾਰਨ ਦੇ ਬਰਾਬਰ ਆ। ਕਹਿੰਦੇ 36 ਲੱਖ ਜਪਜੀ ਸਾਹਿਬ ਦਾ ਉਹਨਾਂ ਆਪਣੀ ਜ਼ਿੰਦਗੀ 'ਚ ਅੰਦਾਜ਼ੇ ਮੁਤਾਬਕ ਪਾਠ ਕੀਤਾ ਹੋਵੇ। ਸਾਧਨਾ ਇੰਨੀ, ਸਾਧਕ ਏਡੇ ਵੱਡੇ, ਇੱਥੋਂ ਤੱਕ ਰੱਬ ਦੇ ਨਾਲ ਗੱਲਾਂ ਵੀ ਹੋਈਆਂ, ਰੱਬ ਦੇ ਨਾਲ ਗੱਲਾਂ ਕਰ ਲੈਂਦੇ ਸੀ। ਬਾਅਦ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਲਾਗੇ ਪਿੰਡ ਆ ਧੁੰਦਾ, ਧੁੰਦਾ ਥੇ ਵੱਜਦਾ ਹੈ। ਉੱਥੇ ਕੁਝ ਚਿਰ ਉਹਨਾਂ ਜ਼ਿੰਦਗੀ ਗੁਜ਼ਾਰੀ। ਸਰੀਰ ਸ਼ਾਂਤ ਹੋਣ ਤੋਂ ਪਹਿਲਾਂ ਕਹਿਤਾ, ਮੇਰਾ ਕੋਈ ਗੁਰਦੁਆਰਾ ਨਾ ਬਣਾਇਓ, ਕੋਈ ਯਾਦਗਾਰ ਨਾ ਬਣਾਇਓ। ਪਿੰਡ ਵਾਲੇ ਕਿੱਥੇ ਹੜਦੇ ਹੁੰਦੇ ਆ, ਉਹਨਾਂ ਬਣਾਉਣੀ ਚਾਹੀ। ਦਰਿਆ ਚੜ੍ਹਿਆ, ਉਹ ਸਾਰਾ ਕੁਝ ਹੀ ਰੋੜ ਕੇ ਲੈ ਗਿਆ ਆਪਣੇ ਵਿੱਚ। ਉਹਨਾਂ ਦਾ ਬਚਨ ਪੂਰਾ ਹੋਇਆ, ਏਡੇ ਸਾਧਕ ਸੰਤ ਭਗਤ ਸਿੰਘ ਜੀ। ਪਰਮਾਤਮਾ ਨਾਲ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਸਨ। ਇੱਕ ਦਿਨ ਮਨ ਦੇ ਵਿੱਚ ਇੱਛਾ ਉੱਠੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਸ਼ਹੀਦ ਸਿੰਘ ਵੀ ਮਿਲਦੇ ਆ, ਬਚਨ ਵੀ ਕਰਦੇ ਆ, ਪਰ ਤੁਸੀਂ ਮੈਨੂੰ ਪ੍ਰਤੱਖ ਕਿਉਂ ਨਹੀਂ ਮਿਲਦੇ, ਪ੍ਰਤੱਖ ਦਰਸ਼ਨ ਕਿਉਂ ਨਹੀਂ ਦਿੰਦੇ, ਜਿੱਦਾਂ ਆਪਾਂ ਸਿੱਧਾ ਇੱਕ ਦੂਜੇ ਨੂੰ ਵੇਖ ਲਈਦੇ। ਆਵਾਜ਼ ਆਈ, ਕਹਿਣ ਲੱਗੇ, ਸੰਤ ਭਗਤ ਸਿੰਘ ਜੀ, ਜੇ ਤੁਸੀਂ ਸਾਨੂੰ ਪ੍ਰਤੱਖ ਮਿਲਣਾ ਹੈ ਤਾਂ ਸਾਡੇ ਘਰ ਦੀ ਮਰਿਆਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ। ਦੇਖੋ ਕਿੱਥੇ ਗੱਲ ਚਲੇਗੀ। ਕਹਿੰਦੇ ਜੀ ਮੈਨੂੰ ਵੀ ਲੋੜ ਆ। ਹਾਂ, ਕਹਿੰਦੇ ਗੁਰੂ ਘਰ ਦੇ ਵਿੱਚ ਭਾਵੇਂ 100 ਕਰੋੜ ਸਾਲ ਬੰਦਗੀ ਕਰੇ, ਪਰ ਜੇ ਅੰਮ੍ਰਿਤ ਨਹੀਂ ਛਕਦਾ, ਸਭ ਕੁਝ ਮਿਲੂਗਾ ਪਰ ਅਸੀਂ ਨਹੀਂ ਮਿਲਾਂਗੇ, ਦੇਵਾਂਗੇ ਸਾਰਾ ਕੁਝ। ਉੱਥੇ ਧਾਰਮਿਕ ਗ੍ਰੰਥਾਂ ਦੇ ਵਿੱਚ ਬੜੀ ਸੋਹਣੀ ਗੱਲ ਲਿਖੀ ਸ਼ੰਕਰਾਚਾਰੀਆ ਜੀ ਨੇ ਆਪਣੇ ਧਾਰਮਿਕ ਗ੍ਰੰਥਾਂ ਦੇ ਅੰਦਰ। ਇੱਕ ਗੱਲ ਬੜੀ ਕਮਾਲ ਦੀ ਕੀਤੀ, ਉਹ ਕਹਿੰਦੇ ਤੈਨੂੰ ਮੁਕਤੀ ਨਹੀਂ ਮਿਲਣੀ। ਜਿਹੜੇ ਆਦਿ ਸ਼ੰਕਰਾਚਾਰੀਆ ਸੀ ਨਾ, ਆਦਿ ਸ਼ੰਕਰਾਚਾਰੀਆ ਜੀ, ਉਹਨਾਂ ਦੀ ਗੱਲ ਕਰਦਾ। ਕਹਿੰਦੇ ਮੁਕਤੀ ਨਹੀਂ ਮਿਲਣੀ ਸਾਧਕ ਨੂੰ, ਭਾਵੇਂ 100 ਕਰੋੜ ਜਨਮ ਪੁੰਨ ਕਰ, 100 ਕਰੋੜ ਜਨਮ ਪੁੰਨ ਕਰ। ਕਹਿੰਦੇ ਕਮਾਲ ਹੋ ਗਈ, ਇੰਨਾ ਪੁੰਨ ਕਰਨ 'ਤੇ ਵੀ ਮੁਕਤੀ ਨਹੀਂ। ਕਹਿੰਦੇ ਜੀ ਕਿਉਂ? ਕਹਿੰਦੇ ਜਿੰਨਾ ਚਿਰ ਗੁਰੂ ਨਹੀਂ ਧਾਰਨ ਕਰਦਾ, ਭਾਵੇਂ 100 ਕਰੋੜ ਜਨਮ ਪੁੰਨ ਕਰ ਲਾ ਤਾਂ ਵੀ ਮੁਕਤੀ ਨਹੀਂ ਪ੍ਰਾਪਤ। ਉਹਨਾਂ ਫਿਰ ਕੇਸਗੜ੍ਹ ਸਾਹਿਬ ਆਣ ਕੇ ਅੰਮ੍ਰਿਤ ਛਕਿਆ, ਰਹਿਤ ਬਹਿਤ ਦੇ ਵਿੱਚ ਤਿਆਰ ਹੋਏ। ਤਾਂ ਇਹ ਹਿਸਾਬ ਲਾ ਲਓ, ਇਹ ਇੱਕ ਦਿਨ ਕਥਾ ਦੇ ਵਿੱਚ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਸੁਣਾਇਆ, ਜਿਨ੍ਹਾਂ ਦੀ ਇੱਥੇ ਸੇਵਾ ਚੱਲਦੀ ਪਈ ਹੈ ਉਹਨਾਂ ਸੁਣਾਇਆ। ਅਤੇ ਮੈਂ ਸੋਚੀ ਪੈ ਗਿਆ ਵੀ ਜਿਨ੍ਹਾਂ ਨੇ ਕਦੀ ਪਾਠ ਨਹੀਂ ਕੀਤਾ ਅਤੇ ਉਹਨਾਂ ਦਾ ਹੰਕਾਰ ਵੇਖੋ ਕਿੱਡਾ। ਉਹ ਕਹਿੰਦੇ ਗਾਂਹ ਜਾ, ਅਸੀਂ ਸੁਖਮਣੀ ਸਾਹਿਬ ਪੜ੍ਹਦੇ, ਅਸੀਂ ਕਿਉਂ ਅੰਮ੍ਰਿਤ ਛਕੀਏ। ਪਰ ਨਹੀਂ,
ਕਈ ਤਾਂ ਇੱਥੋਂ ਤੱਕ ਕਹਿ ਦਿੰਦੇ ਮੈਂ ਨਾ ਛਕਾ ਤੇਰੇ ਢਿੱਡ ਪੀੜ ਹੁੰਦੀ ਹੈ, ਇੱਦਾਂ ਦੇ ਵੀ ਹੈਗੇ। ਪਰ ਨਹੀਂ, ਮਹਾਰਾਜ ਕਹਿੰਦੇ ਆ ਬਿਨ ਸਤਿਗੁਰ ਕਿਨੇ ਨਾ ਪਾਇਆ। ਆਸਾ ਦੀ ਵਾਰ ਰੋਜ਼ ਸੁਣਦੇ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਇਸ ਕਰਕੇ ਗੁਰ ਪੂਰਾ ਮਿਲਾਇਆ, ਜਤ ਦੇਖਾਂ ਤਤ ਸੋਏ, ਜਾਂ ਨਾਨਕ ਸੋ ਪ੍ਰਭ ਸੇਵਿਆ ਤੇ ਸਜੇਵੜ ਅਵਰ ਨਾ ਕੋਏ। ਮੈਂ ਹੁਣ ਉਸ ਪ੍ਰਭੂ ਨੂੰ ਮਿਲ ਪਿਆ, ਉਹਦੀ ਸੇਵਾ ਕਰਦਾ ਜਿਹਦੇ ਬਰਾਬਰ ਨਹੀਂ ਹੈ। ਅਤੇ ਅੱਗੇ ਆ ਜਾਂਦੀ ਹੈ ਪੌੜੀ। ਪੌੜੀ ਦੇ ਵਿੱਚ ਕੀ ਉਪਦੇਸ਼ ਦਿੰਦੇ ਨੇ, ਦੇਵਣ ਹਾਰ ਦਾ ਤਾਰ ਕਿਤ ਮੁਖ ਸਾਲਾਹੀਐ, ਜਿਸ ਰੱਖੈ ਕਿਰਪਾ ਧਾਰ ਰਿਜਕ ਸੰਭਾਹੀਐ। ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਪ੍ਰਭੂ, ਹੇ ਪਰਮਾਤਮਾ ਤੂੰ ਇੰਨਾ ਕੁਝ ਦਿੱਤਾ ਮੈਨੂੰ, ਮੈਂ ਤੇਰੀ ਕਿਹੜੇ ਮੂੰਹ ਨਾਲ ਸਿਫਤ ਕਰਿਆ ਕਰਾਂ। ਜਿਸ ਰੱਖੈ ਕਿਰਪਾ ਧਾਰ ਰਿਜਕ ਸਮਾਹੀਐ, ਹੇ ਸੱਚੇ ਪਾਤਸ਼ਾਹ ਜੀ ਤੁਸੀਂ ਮਿਹਰ ਕਰਦੇ ਹੋ, ਜੀਵਾਂ ਦੀ ਪਾਲਣਾ ਕਰਦੇ ਹੋ, ਰੱਖਿਆ ਕਰਦੇ ਹੋ ਅਤੇ ਰਿਜਕ ਪਹੁੰਚਾਉਂਦੇ ਹੋ, ਸਾਰਿਆਂ ਨੂੰ ਰਿਜਕ ਪੜਾ ਦਿੰਦੇ। ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤ ਆ, ਕੁਝ ਨਹੀਂ ਸਹਿਮਤ। ਦਸਵੇਂ ਪਾਤਸ਼ਾਹ ਦੀ ਬਾਣੀ ਅੰਦਰ ਇੱਕ ਪਾਵਨ ਪਵਿੱਤਰ ਬਚਨ ਆਉਂਦਾ ਹੈ, ਪਾਰ ਨਾ ਪਾਏ ਸਕੇ ਪਦਮਾਪਤ, ਵੇਦ ਕਤੇਬ ਅਭੇਦ ਉਚਾਰੈ, ਰੋਜੀ ਹੀ ਰਾਜ ਬਲੋਕਤ ਰਾਜਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੈ। ਰੱਬ ਕਹਿੰਦੇ ਕਿਸੇ ਦੀ ਰੋਜ਼ੀ ਨਹੀਂ ਟਾਲਦਾ ਹੈ। ਇੱਥੇ ਸ਼ਬਦ ਆਇਆ ਰੋਖ ਰੂਹਾਨ, ਇਹਦੇ ਅਰਥ ਕਈ ਕਰਦੇ ਆ ਜੀ। ਕਹਿੰਦੇ ਰੋਖ ਰੂਹਾਨ ਕੀ ਆ, ਦਸਵੇਂ ਪਾਤਸ਼ਾਹ ਦੀ ਉਦਾਹਰਨ ਸੁਣੋ। ਕਹਿੰਦੇ ਤੂੰ ਫਿਕਰ ਕਰਦਾ ਵੀ ਤੈਨੂੰ ਰੋਟੀ ਨਾ ਮਿਲੂਗੀ। ਇੱਕ ਪੰਛੀ ਹੈ ਪ੍ਰਾਣੀ, ਉਹਨੂੰ ਕਹਿੰਦੇ ਰੋਖ ਰੂਹਾਨ, ਉਹਦੀ ਰੋਟੀ ਪਤਾ ਕਿੱਥੇ ਹੈ? ਜਦੋਂ ਸ਼ੇਰ ਮਾਸ ਖਾ ਕੇ ਸੌਂ ਜਾਂਦਾ ਹੈ, ਉਹਦੀਆਂ ਦਾੜਾਂ ਦੇ ਅੰਦਰ ਜਿਹੜਾ ਮਾਸ ਹੁੰਦਾ ਨਾ, ਜਦੋਂ ਮੂੰਹ ਅੱਡ ਕੇ ਪਿਆ ਹੁੰਦਾ, ਚੁੰਝਾਂ ਦੇ ਨਾਲ ਵਿੱਚੋਂ ਕੱਢ ਕੇ ਖਾਂਦਾ ਹੈ। ਅੱਜ ਵੀ ਤੁਸੀਂ ਦੇਖ ਸਕਦੇ ਡਿਸਕਵਰੀ 'ਤੇ ਕਈ ਪੰਛੀ ਇੱਦਾਂ ਦੇ ਸ਼ੇਰ ਦੇ ਮੂੰਹ ਦੇ ਵਿੱਚੋਂ ਕੱਢ ਕੇ ਖਾਂਦੇ। ਉਹਨੂੰ ਕਹਿੰਦੇ ਰੋਖ ਰੂਹਾਨ, ਕਹਿੰਦੇ ਉਹਦੀ ਖੁਰਾਕ ਵੇਖ ਉਹਨੇ ਸ਼ੇਰ ਦੇ ਮੂੰਹ ਦੇ ਵਿੱਚੋਂ ਕੱਢ ਕੇ ਖਾਣਾ। ਅਤੇ ਜੇ ਰੱਬ ਉਹਨੂੰ ਨਹੀਂ ਮਰਨ ਦਿੰਦਾ ਤਾਂ ਤੈਨੂੰ ਮਰਨ ਦਊਗਾ, ਜਿਹਨੂੰ ਸਿੱਧੀ ਥਾਲੀ 'ਚ ਮਿਲਦੀ ਪਈ ਹੈ, ਜਿਹਨੂੰ ਸੌਖੀ ਮਿਲਦੀ ਪਈ ਹੈ। ਤਾਂ ਮਹਾਰਾਜ ਕਹਿੰਦੇ ਉਹ ਪਰਮਾਤਮਾ ਜਿਸ ਰੱਖੈ ਕਿਰਪਾ ਧਾਰ ਰਿਜਕ ਸੰਭਾਹੀਐ। ਇਸ ਸ਼ਬਦ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਨਾ ਕਿਸੇ ਹੀ ਵਸ ਸਭਨਾ ਇੱਕ ਧਾਰ, ਪਾਲੇ ਬਾਲਕ ਵਾਂਗ ਦੇ ਕੇ ਆਪ ਕਰ, ਉਹ ਬੱਚਿਆਂ ਵਾਂਗ ਇਸ ਜੀਵ ਦੀ ਪਾਲਣਾ ਕਰਦਾ ਹੈ। ਕਰਦਾ ਅਨੰਦ ਬਨੋਦ ਕਿਸ਼ੂ ਨਾ ਜਾਣੀਐ, ਸਰਬ ਧਾਰ ਸਮਰੱਥ ਹੋ ਤਿਸ ਕੁਰਬਾਣੀਐ। ਉਹ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਆਨੰਦਦਾਇਕ ਕੌਤਕ ਕਰਦਾ ਹੈ। ਜਿਨ੍ਹਾਂ ਕੌਤਕਾਂ ਨੂੰ, ਜਿਨ੍ਹਾਂ ਲੀਲਾ ਨੂੰ ਅਸੀਂ ਥੋੜ੍ਹੀ ਮੱਤ ਵਾਲੇ ਨਹੀਂ ਸਮਝ ਸਕਦੇ, ਉਹ ਸਾਰਿਆਂ ਨੂੰ ਹੱਥ ਦੇ ਕੇ ਆਪਣੀ ਸਮਰੱਥਾ ਨਾਲ ਰੱਖਦਾ ਹੈ। ਮੈਂ ਉਹਦੇ ਤੋਂ ਕੁਰਬਾਨ ਜਾਵਾਂ, ਗਾਈਏ ਰਾਤ ਦਿਨੰਤ
ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ। ਰਾਤ ਦਿਨ ਤੂੰ ਉਸ ਪਰਮਾਤਮਾ ਦੀਆਂ ਸਿਫਤਾਂ ਕਰ ਜਿਹੜਾ ਪਰਮਾਤਮਾ ਗਾਉਣ ਦੇ ਯੋਗ ਹੈ। ਜਿਹਨੇ ਗੁਰੂ ਦੇ ਚਰਨ ਫੜ ਲਏ ਉਹਨੇ ਹਰੀ ਦਾ ਨਾਮ ਰਸ ਪ੍ਰਾਪਤ ਕਰ ਲਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਇੱਥੋਂ ਦੇ ਦਿੱਲੀ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ, ਜੀ ਕੇ ਸਾਹਿਬ, ਇਸੇ ਤਰ੍ਹਾਂ ਸਿਰਸਾ ਸਾਹਿਬ, ਔਰ ਸਾਡੇ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਉਹਨਾਂ ਦਾ ਜਿੱਥੇ ਧੰਨਵਾਦ ਹੈ, ਉੱਥੇ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਪ੍ਰਵਾਨਗੀ ਦੇ ਨਾਲ ਇੱਥੇ ਕਥਾ ਦੀ ਸਮਾਪਤੀ ਕਰੀਏ। ਗਾਈਏ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।